ਜੀ ਦੋਸਤੋ ਉਮੀਦ ਕਰਨਾ ਸਾਰੇ ਖੈਰੀਆ ਦੇ ਨਾਲ ਲੋਕਾ ਜੇ ਮੇਰੇ ਵੀ ਪੈਨਪ੍ਰਾ ਆਪਣਾ ਕਮ ਲੱਭਦੇ ਪਈ ਨਾ ਕੰਮ ਨਹੀਂ ਲੱਭਦਾ ਪਿਆ ਆਨਲਾਈਨ ਦਮੰਦਾ ਕਰਨ ਦਾ ਤਰੀਕਾ ਨਹੀਂ ਪਤਾ ਹੈ ਵੀਡੀਓ ਨੂੰ ਪੂਰਾ ਵੇਖ ਲਿਓ ਅੱਜ ਮੈਂ ਤੁਹਾਨੂੰ ਅਕਾਊਂਟ ਬਣਾਉਣਾ ਸਿਖਾਵਾਂਗਾ ਅਤੇ ਇੱਕ ਦਦਮੰਦਾ ਵੀ ਕਰਕੇ ਦੱਸਾਂਗਾ ਕਿਵੇਂ ਤੁਸੀਂ ਕਰ ਸਕਦੇ ਹੋ ਵੀਡੀਓ ਨੂੰ ਪੂਰਾ ਵੇਖ ਲਿਓ ਤੇ ਸਟਾਰਟ ਤੇ ਕਹਿ ਰਹੇ ਹਾਂ ਜੀ ਆਪਣਾ ਜਿੰਨੇ ਵੀ ਨਵੇਂ ਦੋਸਤ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਜਿੰਨੇ ਪੁਰਾਣੇ ਨੇ ਉਸ ਤੋਂ ਬਾਅਦ ਸਬਸਕ੍ਰਾਈਬ ਕਰਨ ਤੋਂ ਬਾਅਦ ਜਿੰਨੇ ਵੀ ਨੇ ਵੀਡੀਓ ਨੂੰ ਲਾਜ਼ਮੀ ਲਾਈਕ ਕਰ ਲਿਓ ਸ਼ੇਅਰ ਕਰ ਲਿਓ वेबसाइट के जी जिते ती अपना जाकर दबंद करने ने जितने अकाउंट बनाना अपने प्लेस्टोर से एप्लीकेशन डाउनलोड कर लगे तो या अपना आईस्टोर है सॉरी आईफोन का मोबाइल है अपने आईफोन स्टोरों एक एप्लीकेशन डाउनलोड कर लो जी और स्पेलिंग ने जी आई एन डी डबल ई डी ठीक है जी आई एन डी डबल ईडी इन डीडे अगर थोड़े को लैपटॉप है तो बेहतर है ਉੱਥੇ ਤੁਸੀਂ ਐਪਲੀਕੇਸ਼ਨ ਡਾਊਨਲੋਡ ਕਰ ਲੈਣੀ ਉਸ ਤੋਂ ਬਾਅਦ ਅਗਰ ਲੈਪਟਾਪ ਤੇ ਤੁਸੀਂ ਆਪਣਾ ਨੂੰ ਉਹ ਸੱਚ ਕਰ ਲੈਣਾ Google ਦੇ ਤੇ ਵੈਬਸਾਈਟ ਨੂੰ ਓਪਨ ਕਰ ਲੈਣਾ ਤੇ ਉਸ ਤੋਂ ਬਾਅਦ ਤੁਸੀਂ ਇੱਥੇ ਆਪਣੀ ਆਈਡੀ ਬਣਾ ਲੈਣੀ ਹੈ ਆਈਡੀ ਕਿਵੇਂ ਬਣਾਣੀ ਹੈ ਉਹ ਤੁਹਾਨੂੰ ਪੁੱਛੇਗਾ ਜੇਰੀ ਵੀ ਤੁਹਾਡੇ ਮੋਬਾਈਲ ਦੇ ਵਿੱਚ ਆਪਣਾ ਆਈਡੀ ਆਈਡੀ ਲੱਗੀ ਹੋਏਗੀ ਤੁਸੀਂ ਉਹ ਤੋਂ ਕਿਸੇ ਦੇ ਨਾਲ ਜੇ ਤੁਸੀਂ ਕਹਿੰਦੇ ਹੋ ਕਿ ਇਹਦੇ ਉੱਤੇ ਮੈਨੂੰ ਕੰਮ-ਕਾਮ ਦੇ ਮੈਸੇਜ ਵਗੈਰਾ ਆ ਜਾਣ ਕਰਾ ਜੇ ਆਂ ਜੇ ਤੁਸੀਂ ਯੂਜ਼ ਕਰਦੇ ਹੋ ਉਹ ਤੁਸੀਂ ਲਾ ਲੈਣੀ ਹੈ ਠੀਕ ਹੈ Google ਦੇ ਉੱਤੇ ਆਪਸ਼ਨ ਹੋਏਗੀ ਤੁਸੀਂ ਉਹਦੇ ਨਾਲ ਲੌਗਇਨ ਕਰ ਲੈਣਾ ਉਸ ਤੋਂ ਬਾਅਦ ਕੀ ਕਰਨਾ ਉਸ ਤੋਂ ਬਾਅਦ ਤੁਹਾਡੇ ਕੋਲ ਇਸ ਤਰ੍ਹਾਂ ਦਾ ਬਡਾ ਬਰ ਨਜ਼ਰ ਆਏਗਾ ਇਹਦੇ ਉੱਪਰ ਤੁਸੀਂ ਕਲਿੱਕ ਕਰਨਾ ਤੇ ਪ੍ਰੋਫਾਈਲ ਉੱਤੇ ਤੁਸੀਂ ਕਲਿੱਕ ਕਰ ਦੇਣਾ ਠੀਕ ਹੈ ਪ੍ਰੋਫਾਈਲ ਉੱਤੇ ਕਲਿੱਕ ਕਰੋਗੇ ਤਾਂ ਗੋ ਤੁਹਾਡੀ ਇਸ ਤਰ੍ਹਾਂ ਡਿਟੇਲ ਆ ਜਾਏਗੀ ਮੁਕੰਮਲ ਆ ਦੇਖੋ ਨਹੀਂ ਤੇ ਮੁਕੰਮਲ ਜਿੰਨੇ ਵੀ ਕੰਮ ਨੇ ਜਿਹੜੇ ਤੁਹਾਨੂੰ ਇਸ ਤਰ੍ਹਾਂ نیچے ਸ਼ੋ ਹੋ ਰਹੇ ਨੇ ਇਹ ਸਾਰੇ ਆਪਣਾ ਮੈਂ ਖੁਦ ਅਪਲੋਡ ਕੀਤੇ ਨੇ ਠੀਕ ਹੈ ਤੁਸੀਂ ਇਹਨਾਂ ਨੂੰ ਖੁਦ ਅਪਲੋਡ ਕਰਨਾ ਹੋਵੇ ਕਿਵੇਂ ਕਰਨਾ ਹੈ ਆਪਣਾ ਅਗਰ ਤੁਸੀਂ ਆਪਣੀ ਸੀਵੀ ਅਪਲੋਡ ਕਰੋਗੇ ਨਾ ਇਹ ਦੇਖੋ ਸਾਈਟ ਤੇ ਆਪਣਾ ਸਕਾਰਿਕਾ ਸੀਵੀ ਆ ਰਿਹਾ ਅਗਰ ਮੈਨੂੰ ਹੋਰ نیچے ਲੈ ਆਉਣਾ ਤੇ ਲਾਸਟ ਦੇ ਵਿੱਚ ਆਪਸ਼ਨ ਹੋਏਗੀ ਆਪਣਾ ਸੀਵੀ ਦੀ ਵੀ ਠੀਕ ਹੈ ਸੀਵੀ ਕਿੱਥੇ ਗਈ ਯਾਰ ਹਾਂਜੀ ਕਿਉਂਕਿ ਮੈਂ ਸੀਵੀ ਆਲਰੇਡੀ ਅਪਲੋਡ ਕੀਤੀ ਹੋਈ ਹੈ ਇਸ ਵਜ੍ਹਾ ਤੋਂ ਆਪਣਾ ਯਾਦ ਮੈਨੂੰ ਕਹਿੰਦਾ ਪਿਆ ਡਾਊਨਲੋਡ ਕਰ ਲੈ ਤੇ ਯਾਨ ਨੂੰ ਖਤਮ ਕਰ ਲੈ ਠੀਕ ਹੈ ਤੇ ਮੈਂ ਖਤਮ ਨਹੀਂ ਕਰਨੀ ਕਿਉਂਕਿ ਮੈਂ ਸਾਰੀ ਸੈਟਿੰਗ ਕੀਤੀ ਹੈ ਇੱਥੇ ਤੁਹਾਨੂੰ ਤੁਹਾਡੇ ਕੋਲ ਆਪਸ਼ਨ ਆਏ ਕਿ ਇੱਥੇ ਆਪਣੀ ਸੀਵੀ ਅਪਲੋਡ ਕਰ ਦੋ ਉਧਰ ਤੁਸੀਂ ਫਿਰ ਆਪਣੀ ਸੀਵੀ ਜਿਹੜੀ ਉਹ ਅਪਲੋਡ ਕਰ ਦਨ ਜਦੋਂ ਸੀਵੀ ਅਪਲੋਡ ਕਰ ਦੋਗੇ ਨਾ ਉਹ ਸਭਾ ਤੁਹਾਡੇ ਕੋਲ ਐਟੀਜ਼ ਇੱਥੇ ਆ ਜਾਏਗੀ ਤੇ ਤੁਹਾਡੇ ਸਾਰੇ ਸਕਿਲ ਜਿਹੜੇ ਤੁਸੀਂ ਸੀਵੀ ਦੇ ਉੱਪਰ ਲਿਖਿਆ ਹੋਣਗੇ ਨਾ ਉਹ ਸ਼ੋ ਹੋ ਜਾਣਗੇ ਤੇ ਉਹਨਾਂ ਦੀ ਬੇਤਰਤੀਬ ਹੋਣਗੇ ਇੱਥੋਂ ਫਿਰ ਤੁਸੀਂ ਨਾ ਸਾਰੇ ਆਸ-ਪਾਸਾ ਕਰਕੇ ਡਿ ਉਸ ਤੋਂ ਬਾਅਦ ਐਂਡ ਤੇ ਇੱਥੇ ਐਕਸਪੀਰੀਅੰਸ ਲਗੋਰਾਤੀ ਵਾ ਠੀਕ ਹੈ ਇਹਦੇ ਉੱਪਰ ਤੁਸੀਂ ਇੱਥੇ ਪਲੱਸ ਦਾ ਨਿਸ਼ਾਨ ਬਣਿਆ ਹੈ ਇਹਦੇ ਉੱਪਰ ਤੁਸੀਂ ਕਲਿੱਕ ਕਰਨਾ ਠੀਕ ਹੈ ਕਲਿੱਕ ਕਰਕੇ ਜਿਹੜਾ ਕੰਮ ਤੁਸੀਂ ਕੀਤਾ ਵੇ ਜਿਹੜਾ ਕੰਮ ਕੀਤਾ ਮਿਸਾਲ ਦੇ ਤੌਰ ਤੇ ਐਗਜ਼ਾਮਪਲ ਦੇ ਰਿਹਾ ਬਾਅਦ ਜਦੋਂ ਮੈਂ ਡਿਲੀਟ ਕਰ ਦਾਂਗਾ ਤੁਸੀਂ ਕੰਮ ਕੀਤਾ ਜੀ ਪਿਕਿੰਗ ਦਾ ਠੀਕ ਹੈ ਪਿਕਿੰਗ ਲਿਖ ਲੈਣਾ ਉਸ ਤੋਂ ਬਾਅਦ ਅਜ਼ੀਂਦਾ ਯਾਨੀ ਕਿ ਕਿਸ ਕੋ ਪ੍ਰਤੀਵਧ ਤਰੂ ਕੀਤਾ ਵੇ ਜਾਂ ਕਿਹੜੀ ਮੈਗਜ਼ੀਨ ਦੇ ਥਰੂ ਕੀਤਾ ਵੇ ਉਹ ਤੁਸੀਂ ਇੱਥੇ ਮੈਗਜ਼ੀਨ ਦਾ ਜਾਂ ਕੋ ਪ੍ਰਤੀਵਧ ਦਾ ਕਿਸੇ ਇੱਕ ਦਾ ਨਾਮ ਲਿਖ ਦਿਓ ਜਿਵੇਂ ਕਿ ਮੈਂ ਕੀਤਾ ਜੀ ਆਪਣਾ ਕੋਈ ਵੀ ਲਿਖ ਦੇਣਾ ਜੀ ਗਰੁੱਪ ਲਿਖ ਦੇਣਾ ਐਗਜ਼ਾਮਪਲ ਹੈ ਜੀ ਆਪਣਾ ਜੀ ਗਰੁੱਪ ਠੀਕ ਹੈ ਅ ਜੀ ਗਰੁੱਪ niche ਆ ਗਿਆ ਅਨਮਸ ਸਿਲੈਕਟ ਕਰ ਲਿਆ ਅੱਛਾ ਜੀ ਉਸ ਤੋਂ ਬਾਅਦ ਚੀਤਾ ਕਰਾ ਜਿਹੜਾ ਵੀ ਤੁਹਾਡਾ ਚੀਤਾ ਹੋਵੇ ਉਹ ਤੁਸੀਂ ਇੱਥੇ ਸਿਲੈਕਟ ਕਰ ਲੈਣਾ ਠੀਕ ਹੈ ਮੈਂ ਵਿਰੋਨਾ ਬੇਨਤ ਹੋਵੇ ਵਿਰੋਨਾ ਕਰ ਦੇਣਾ ਉਸ ਤੋਂ ਬਾਅਦ ਅਗਰ ਤੁਸੀਂ ਉੱਥੇ ਕੰਮ ਕਰਦੇ ਬੇਰੇ ਹਜੇ ਤੱਕ ਕੰਮ ਕਰਦੇ ਬੇਰੇ ਫਿਰ ਇਹਦੇ ਉੱਤੇ ਗੁੱਡ ਲਾ ਦਿਓ ਠੀਕ ਹੈ ਤੇ ਜਦੋਂ ਕੰਮ ਸਟਾਰਟ ਕੀਤਾ ਸੀ ਉਹਦੀ ਡੇਟ ਤੁਸੀਂ ਜਿਹੜੀ ਨਾ ਉਹਦਾ ਸਾਲ ਜਿਹੜਾ ਵੇ ਉਹ ਤੁਸੀਂ ਇੱਥੇ ਸੈੱਟ ਕਰ ਲੈਣਾ। ਅਗਰ ਆਪਣਾ ਤੁਸੀਂ ਕੰਮ ਤੁਹਾਡਾ ਖਤਮ ਹੋ ਗਿਆ ਤੁਸੀਂ ਅਗਰ ਨਵਾਂ ਲੱਭਦੇ ਹੋ ਫੇ ਤੁਸੀਂ ਇੱਥੇ ਆਪਣਾ ਕੰਮ ਦੀ ਡੇਟ ਲਿਖ ਲੈਣੀ ਹੈ ਕਿਹੜਾ ਮਹੀਨਾ ਵੇ ਤੇ ਕਿਹੜੀ ਆਪਣਾ ਸਾਨੇ ਉਹ ਤੁਹਾਡੀ ਸੀਵੀ ਜਿਹੜੀ ਹੈ ਉਹਦੇ ਉੱਪਰ ਲਿਖਿਆ ਹੋਣਾ ਹੈ ਤੇ ਉਦੋਂ ਤੁਸੀਂ ਵੇਖ ਵੇ ਕਿ ਇਹਦੇ ਉੱਪਰ ਜਿਹੜਾ ਨਾ ਸੈੱਟ ਕਰ ਲੈਣਾ। ਡੇਟ ਲਿਖਣ ਦੀ ਇੱਥੇ ਜ਼ਰੂਰਤ ਨਹੀਂ। ਡੇਟ ਤੁਸੀਂ ਹਰ ਚੀਜ਼ ਅਗਰ ਲਿਖੀ ਹੋਈ ਤੇ ਉਹ ਸੀਵੀ ਦੇ ਉੱਤੇ ਵੀ ਲਿਖੀ ਹੋਣੀ ਹੈ। ਉਸ ਬਾਤ ਕਦੋਂ ਖਤਮ ਹੋਇਆ ਜੀ ਮਾਰਚ ਦੇ ਵਿੱਚ ਖਤਮ ਹੋਇਆ ਜੀ 2006 ਤੱਕ ਕੰਮ ਸਟਾਰਟ ਕੀਤਾ ਜੀ ਐਗਜ਼ਾਮਪਲ ਦੇ ਰਿਹਾ ਠੀਕ ਹੈ ਤੋਂ ਇਹ 6 ਤੇ ਸਟਾਰਟ ਕੀਤਾ ਤੇ 2012 ਦੇ ਖਤਮ ਕੀਤਾ ਮਾਰਚ ਦੇ ਮਹੀਨੇ ਤੇ ਠੀਕ ਹੈ ਇੱਥੇ نیچے ਡਿਸਕ੍ਰਿਪਸ਼ਨ ਲਿਖਣ ਦੀ ਲੋਰ ਕੋ ਨਹੀਂ ਤੇ ਸਾਲਵਾ ਕਰ ਦੇਣਾ ਆ ਮੈਂ ਸਾਲਵਾ ਕਰ ਦੇਣਾ ਠੀਕ ਹੈ ਤੇ ਕਿੱਥੇ ਗਈ ਜੀ ਇੱਥੇ ਸੇਵ ਹੋ ਜਾਏਗੀ ਆ ਦੇਖੋ ਆ ਪਿਕਿੰਗ ਆ ਗਿਆ ਠੀਕ ਹੈ ਜੀ ਗਰੋਵ ਵੀ ਆ ਗਿਆ ਫਰਵਰੀ 2006 ਤੇ ਸਟਾਰਟ ਕੀਤਾ ਮਾਰਚ 2012 ਦੇ ਖਤਮ ਕੀਤਾ ਇਹ ਆ ਦੇਖੋ ਮੈਂ ਡਿਲੀਟ ਕਰਾਂਦਾ ਵੀ ਤਰੀਕਾ ਦੱਸ ਦੇਣਾ ਜਿਹੜਾ ਮੈਂ ਤੁਹਾਨੂੰ ਆਖਾ ਦੇ ਜਿਹੜੀ ਵੀ ਕੋਈ ਬੇਤਰਤੀਬੀ ਆਈਗੀ ਉਹਨੂੰ ਤੁਸੀਂ ਡਿਲੀਟ ਕਰ ਦੇਣਾ ਮੈਂ ਇਹਨੂੰ ਡਿਲੀਟ ਕਰ ਦੇਣਾ ਠੀਕ ਹੈ ਇੰਦੀ ਐਤਰੋ ਨਹੀਂ ਕਰਨਾ ਬਾਅਦੋ ਮੈਂ ਡਿਲੀਟ ਕਰ ਦਿੱਤਾ ਬਸ ਠੀਕ ਹੋ ਗਿਆ ਤੁਸੀਂ ਇੱਥੇ ਜੋ ਹੀ ਆਪਣੇ ਸਾਰੇ ਐਕਸਪੀਰੀਅੰਸ ਲਿਖ ਲਵੋਗੇ ਉਸ ਤੋਂ ਬਾਅਦ ਕੀ ਕਰਨਾ ਸੀ ਵੀ ਵੀ ਅਪਲੋਡ ਹੋ ਗਈ ਤੁਸੀਂ ਆਪਣੇ ਸਾਰੇ ਆਪਣਾ ਜਿਹੜਾ ਕੰਮ ਤੁਹਾਡੇ ਕੋਲ ਐਕਸਪੀਰੀਅੰਸ ਆ ਤੁਸੀਂ ਉਹ ਵੀ ਲਿਖ ਦਿੱਤਾ ਉਸ ਤੋਂ ਬਾਅਦ ਫਿਰ ਬਟਨ ਤੇ ਕਲਿੱਕ ਕਰਨਾ ਤੇ ਇੱਥੇ ਜੀ ਆਪਣਾ ਅਕਾਊਂਟ ਦੇ ਉੱਪਰ ਕਲਿੱਕ ਕਰਨਾ ਠੀਕ ਹੈ account ਦੇ ਉੱਤੇ ਕਲਿੱਕ ਕਰੋਗੇ ਇੱਥੇ ਆ نیچے ਟੈਲੀਫੋਨ ਹੋ ਇੱਥੇ ਤੁਸੀਂ ਆਪਣਾ ਨੰਬਰ ਵੀ ਐਡ ਕਰ ਦੇਣਾ ਈਮੇਲ ਤੁਹਾਡੀ ਆਲਰੇਡੀ ਐਡ ਹੋਣੀ ਹੈ نیچے ਤੁਸੀਂ ਆਪਣਾ ਮੋਬਾਈਲ ਦਾ ਨੰਬਰ ਐਡ ਕਰ ਦੇਣਾ ਤੇ ਬਸ ਤੁਹਾਡਾ ਕੰਮ ਜਿਹੜਾ ਨਾ ਪੂਰਾ ਹੋ ਗਿਆ ਠੀਕ ਹੈ ਐ ਹੀ ਕੰਮ ਹੁੰਦਾ ਵੇ ਤੇ ਹੁਣ ਆਪਣਾ ਦਮੰਦਾ ਕਰਨ ਦਾ ਤਰੀਕਾ ਜਿਹੜਾ ਵੇ ਉਹ ਮੈਂ ਤੁਹਾਨੂੰ ਦੱਸ ਦੇਣਾ ਕਿ ਦਮੰਦਾ ਕਿਵੇਂ ਕਰਨਾ ਇਹ ਪੇਜ ਤੁਹਾਡੇ ਕੋਲ ਆ ਜਾਏਗਾ ਸਾਹਮਣੇ ਓਪਨ ਹੋ ਜਾਏਗਾ ਤੇ ਅੱਛਾ ਇੱਕ ਗੱਲ ਹੋਰ ਦੇ ਉੱਪਰ ਅਖਰ ਜਿਹੜਾ ਨੇ ਜ਼ਿਆਦਾ ਦਮande ਜੀ ਗਰੁੱਪ ਠੀਕ ਹੈ ਜਾਂ ਏਜੰਸੀਆਂ ਦੇ ਹੁੰਦੇ ਨੇ ਤੇ ਉਹ ਬਾਅਦੂ ਆਪਣਾ ਨਾ ਏਜੰਸੀ ਦੀ ਮੇਨ ਵੈਬਸਾਈਟ ਦੇ ਉੱਪਰ ਲੈ ਜਾਂਦਾ ਨੇ ਸਾਨੂੰ ਫਿਰ ਉੱਥੇ ਜਾ ਕੇ ਜਿਹੜੀਆਂ ਉਹਨਾਂ ਦੀ ਮੇਨ ਵੈਬਸਾਈਟਾਂ ਹੁੰਦੀਆਂ ਨੇ ਉੱਥੇ ਵੀ ਸਾਨੂੰ ਜਾ ਕੇ ਸਾਨੂੰ ਅਕਾਊਂਟ ਬਣਾਉਣਾ ਪੈਂਦਾ ਵੀ ਠੀਕ ਹੈ ਮੈਂ ਕੋਈ ਕੰਮ ਸੈੱਟ ਕਰ ਲਿਆ ਉਹਨਾਂ ਦੀ ਕਿ ਕਿਕਿੰਗ ਹੋ ਗਿਆ ਜੀ ਤੇ ਆਪਣਾ ਸੋਰੀ ਪਿਕਿੰਗ ਲੈ ਲਿਆ ਅੱਗੇ ਤੁਸੀਂ ਤੇ ਆਪਣਾ ਸ਼ਹਿਰ ਦਾ ਨਾਮ ਲਿਖ ਲੈਣਾ ਤੇ ਚਿਰਕਾ ਲੋਗੋ ਕਰ ਦੇਣਾ ਠੀਕ ਹੈ ਉਸ ਤੋਂ ਬਾਅਦ ਇਹ ਤਾਂ نیچے ਸਾਰੇ ਉਹ ਫੇਰ ਤੇ ਜਿਹੜੇ ਨਾ ਓਪਨ ਹੋ ਜਾਣਗੇ ਤੇ ਦਾਤਾ ਦੀ ਪਬਲਿਕ ਇਸ ਉਹਨੇ ਦੇ ਉੱਪਰ ਕਲਿੱਕ ਕਰ ਦਿਓ ਅਗਰ ਤੁਸੀਂ ਚਾਹੁੰਦੇ ਹੋ ਕਿ ਜਿਹੜੇ ਨਵੇਂ ਕੰਮ ਅਪਲੋਡ ਹੋਏ ਨੇ ਉਹ ਤੁਸੀਂ ਸਰਚ ਕਰਨਾ ਚਾਹੁੰਦੇ ਤੇ ਇੱਥੇ ਕਰ ਸਕਦੇ ਹੋ ਦਿਨ ਸਲੈਕਟ ਕਰ ਸਕਦੇ ਹੋ ਕਿੰਨੇ ਦਿਨਾਂ ਦੇ ਅੰਦਰ ਅੰਦਰ ਜਿਹੜੇ ਨਾ ਅਪਲੋਡ ਹੋਏ ਹੋ ਮੌਤ ਨਹੀਂ ਕਤੋਰ ਦੇ ਚ ਜੋੜ ਨਹੀਂ ਕਰਨਾ ਠੀਕ ਹੈ ਉਸ ਤੋਂ ਬਾਅਦ ਆ ਕੰਮ ਜੇ ਦਮੰਦੇ ਜਿਹੜੇ ਨੇ ਆਪਣਾ ਅਪਲੋਡ ਨੇ ਇਹਨਾਂ ਤੋਂ ਮੈਂ ਕੋਈ ਇੱਕ ਕਰਕੇ ਤੇ ਤੁਹਾਨੂੰ ਦਿਖਾ ਦਿਨਾ ਜਿਵੇਂ ਕਿ ਆਪਣਾ ਇਹ ਗੱਲ ਦੋ ਧਿਆਨ ਰੱਖਿਓ ਜੀ ਆ ਉੱਪਰ ਮੈਂ ਤੁਹਾਨੂੰ ਦੱਸਿਆ ਕਿ ਇਹ ਦਿਨਾਂ ਦਾ ਉਲਟੀ ਮੇ ਜੋਰ ਨਹੀਂ ਇਹਦੇ ਨਾਲ ਵੀ ਤੁਸੀਂ ਇਹ ਜਿਹੜਾ ਨਾਲ ਦਾ ਖਾਨਾ ਨੇ ਇਹਦੇ ਉੱਤੇ ਧਿਆਨ ਦੇਣਾ ਕਿ ਇੰਤਰੋ 35 ਕਿਲੋਮੀਟਰ ਲਿਖ ਹੈ ਇੱਥੇ ਤੁਸੀਂ ਸਿਲੈਕਟ ਕਰ ਲੈਣਾ ਕਿ ਕਿੰਨੇ ਕਿਲੋਮੀਟਰ ਦੇ ਅੰਦਰ ਅੰਦਰ ਤੁਹਾਨੂੰ ਕੰਮ ਚਾਹੀਦਾ ਠੀਕ ਹੈ ਉਹ ਤੁਸੀਂ ਉਹ ਵੀ ਚੀਜ਼ ਇੱਥੇ ਸਿਲੈਕਟ ਕਰ ਲੈਣੀ ਹੈ ਠੀਕ ਹੈ मैक्सीम मेरे हिसाब के अपना गड्डी भी हो पच्ची किलोमीटर बेहतरीन पच्ची जा पच्ची आचा हो जाता है इस तरह भी ठीक है लेकिन कोशिश आई करो को पच्ची तो भी नजदीक आ मेरे को दस किलोमीटर बारह किलोमीटर ठीक है तो बेहतर है अच्छा जी फिर इतने काम यार कोई एक लभ ला कम अपना कि दमला करिए ਇਥੇ ਜਿਵੇਂ ਮੈਂ ਦਮਾਂਡ ਚੇਂਜ ਕਰਕੇ ਦੇਖਿਆ ਕਿਉਂਕਿ ਮੈਨੂੰ ਉਹਨਾਂ ਤੇ ਕੋਈ ਕੰਮ ਪਸੰਦ ਨਹੀਂ ਸੀ ਐ ਇਸ ਤਰ੍ਹਾਂ ਤੁਸੀਂ ਵੀ ਚੈੱਕ ਕਰ ਲੈਣਾ ਕਿ ਕਿਹੜਾ ਕੰਮ ਤੁਹਾਨੂੰ ਪਸੰਦ ਹੈ ਕਿਹੜਾ ਨਹੀਂ ਉਹ ਤੁਸੀਂ ਸਿਲੈਕਟ ਕਰ ਲੈਣਾ ਜਿਵੇਂ ਕਿ ਉਹਨਾਂ ਦੇਖੋ ਇਹ ਕੰਮ ਹੈ ਮੈਂ ਤੇ ਇਹਦੇ ਉੱਪਰ ਮੈਂ ਕਲਿੱਕ ਕਰ ਦਿੰਨਾ ਇਹ ਦੇਖੋ ਆ ਲੈ ਜਾਂਦਾ ਵੇ ਤੇ ਆਪਣਾ ਇਹਨਾਂ ਦੀ ਡਿਟੇਲ ਜਿਹੜੀ ਹੈ ਤੁਸੀਂ ਲਾਜ਼ਮੀ ਭਰ ਲੈਣੀ ਹੈ ਠੀਕ ਹੈ ਇੱਥੇ ਮੈਂ ਡਿਟੇਲ ਇਹਦੀ ਲਾਜ਼ਮੀ ਭਰ ਲੈਣਾ ਕਿਹੜੀ-ਕਿਹੜੀ ਚੀਜ਼ ਹੈ ਜੀ ਕਹਿੰਦੇ ਨੇ ਜੀ ਪਿਕਿੰਗ ਨੋਵੇਰੋਲੇ ਰੋਕਾ ਕੰਮ ਹੈ ਤੇ ਉਸ ਤੋਂ ਇਲਾਵਾ

ਅੱਛਾ ਇੱਕ ਗੱਲ ਤਾਂ ਹੋਰ ਕਹਾਂ ਲੈ ਉਹਨਾਂ ਦੇ ਕੋਈ ਹਾਂ ਮੈਂ ਇੱਕ ਦਮੰਦਾ ਓਪਨ ਕੀਤਾ ਤੇ ਇੱਥੇ ਵਿੱਚ ਵੀ ਲੋਗੋ ਦੀ ਲਗੋਰੋ ਦੇ ਰਵੇ ਉਹ ਸੱਚੇ ਤੇ ਤੁਸੀਂ ਇੱਥੋਂ ਵੀ ਆਪਣਾ ਜ਼ਰੂਰੀ ਨਹੀਂ ਕਿ ਉੱਪਰ ਤੁਸੀਂ ਸੈੱਟ ਕਰ ਦਿੱਤਾ ਕਿ ਆਪਣਾ 25 ਕਿਲੋਮੀਟਰ ਤੇ ਨੀਚੋ ਆ ਕੇ ਤੇ ਆਪਣਾ ਉਹ ਜਿਹੜਾ ਪੋਜੀਸ਼ਨ ਹੋਵੇ ਉਹ 50 ਕਿਲੋਮੀਟਰ ਦੀ ਹੋਵੇ ਤੁਸੀਂ ਫੇਰ ਵੀ ਆਪਣੇ ਆਪਣਾ ਯਾਨੀ ਕਿ ਕਨਫਰਮੇਸ਼ਨ ਲੈਣਾ ਗੂਗਲ ਮੈਪ ਤੇ ਜਾ ਕੇ ਤੇ ਉਹ ਜਿਹੜਾ ਉਹਨਾਂ ਨੇ ਇੱਥੇ ਦਿੱਤਾ ਹੁੰਦਾ ਨਾ ਲੋਗੋ ਦੀ ਲਗੋਰੋ ਜਿੱਥੇ ਕੰਮ ਦੀ ਜਗ੍ਹਾ ਜਿਹੜੀ ਉਹ ਤੁਸੀਂ ਆ ਕੇ ਸਰਚ ਕਰ ਲੈਣੀ ਹੈ ਠੀਕ ਹੈ ਲਾਜ਼ਮੀ मैसेज कर अपना के किन्नी क अपना दूर मेरे घर तू किलोमीटर की लिखा जी पची किलोमीटर पैंती किलोमीटर एक बनता है छब्बी एक बनता ठीक है यार मेरे आप ठीक है मैं जा सकता विनर दी अपना सोमवार तो जुम्मे वाले दिन का कम है जी एक्सपीरियंस चाहिए जी

ਤੇ ਮੈਂ ਕੰਟੀਨਿਊ ਕਰ ਦਿਨਾ 4 ਲਿਖ ਕੇ ਉਸ ਤੋਂ ਬਾਅਦ ਇਸ ਤਰ੍ਹਾਂ ਦਾ ਫਿਰ ਇੱਕ ਪੇਜ ਆ ਜਾਏਗਾ ਤੁਸੀਂ ਲਾਸਟ ਤੇ ਆ ਜਾਣਾ ਠੀਕ ਹੈ ਤੇ ਉੱਥੇ ਆ ਕੇ ਤੁਸੀਂ ਕੰਡੀਡੇਟੀ ਹੋਰ ਦੇ ਉੱਪਰ ਕਲਿੱਕ ਕਰ ਦੇਣਾ ਫਿਲਹਾਲ ਤੇ ਇਹਨੇ ਸਾਰਾ ਜਿਹੜਾ ਪ੍ਰੋਸੈਸ ਹੈ ਇਹਦੇ ਉੱਪਰ ਹੀ ਕੰਪਲੀਟ ਕਰ ਦਿੱਤਾ ਵੀ ਇੰਡੀਡ ਤੇ ਲੇਕਿਨ ਅਕਸਰ ਇਸ ਤਰ੍ਹਾਂ ਹੁੰਦਾ ਜਿਵੇਂ ਕਿ ਐਗਜ਼ਾਮਪਲ ਦੇਣ ਲੱਗਾ ਦੇਖੋ ਕਰੇ ਲਿਸਤਾ ਵੀ ਇੱਥੇ ਮੈਂ ਆਪਣਾ ਅਮਕ ਪੜਿਆ ਕਿ ਨਹੀਂ ਪੜਿਆ

ਇਥੇ ਆਪਣਾ ਜੀ ਮੈਂ ਇਹ ਦਮਾਂਦਾ ਯਾਨੀ ਕਿ ਮੈਨੂੰ ਇਹ ਕੰਮ ਪਸੰਦ ਹੈ ਮੈਨੂੰ ਚਾਹੀਦਾ ਹੈ ਇਹ ਕੰਮ ਅਗਰ ਬੁਲਾ ਲਨ ਤੇ ਮਿਹਰਬਾਨੀ ਇਹਨਾਂ ਦੀ ਇਹ ਕੈਂਡੀਡੇਟੀ ਫੀ ਰਿਕੁਐਸਟ ਦਾ ਪੋਜੀਸ਼ਨ ਹੈ ਦੇ ਉੱਪਰ ਮੈਂ ਆਪਣਾ ਮਾਊਸ ਲੈ ਆ ਕੇ ਕਲਿੱਕ ਕਰ ਦੇਣਾ ਤੁਸੀਂ ਮੋਬਾਈਲ ਤੇ ਤੇ ਮੋਬਾਈਲ ਦੇ ਉੱਤੇ ਕਲਿੱਕ ਕਰ ਦੇਣਾ ਉਸ ਤੋਂ ਬਾਅਦ ਕੀ ਕਹਿਣਾ ਜੀ ਆਪਣਾ ਅੱਛਾ ਜੀ ਕਲੀਅੰਟ ਹੀ ਉਹ ਕਿ ਕੈਂਡੀਡੇਟੀ ਲੋਰਤ ਹੋਰੀ ਮੈਂ ਕੈਂਡੀਡੇਟੀ ਲੋਰਤ ਹੋਰੀ ਦੇ ਉੱਪਰ ਕਲਿੱਕ ਕਰਨਾ ਇੱਥੇ ਲਾਜ਼ਮੀ ਦੇਖਣਾ ਹੁਣ ਇੱਥੇ ਪੁੱਛਦਾ ਵਾ ਹੁੰਦਾ ਪਏ ਕਿ ਇੱਥੇ ਤੁਸੀਂ ਜੀ ਗਰੁੱਪ ਦੀ ਈਮੇਲ ਲਾਓ ਤੇ ਜੀਮੇਲ ਦਾ ਪਾਸਵਰਡ ਆਉਂਦੀ ਆ ਜੀ ਗਰੁੱਪ ਦਾ ਯਾਨੀ ਕਿ ਈਮੇਲ ਆਈਡੀ ਤੇ ਪਾਸਵਰਡ ਲਾਓ ਹੁਣ ਇੱਥੇ ਬਈ ਇਹ ਪੰਗਾ ਹੁੰਦਾ ਵੇ ਠੀਕ ਹੈ ਤੇ ਦਮੰਦ ਵੀ ਇਸੇ ਤਰ੍ਹਾਂ ਹੁੰਦੇ ਨੇ ਹੁਣ ਇੱਥੇ ਮੈਂ ਆਪਣੀ ਈਮੇਲ ਲਿਖ ਦਿਨਾ ਤੇ ਨੀਚੇ ਨੀਚੇ ਪਾਸਵਰਡ ਲਿਖ ਦਿਨਾ ਤੇ ਕੋਸ਼ਿਸ਼ ਕਰਨਾ ਕਿ ਮੈਨੂੰ ਜਿਹੜਾ ਨਾ ਯਾਦ ਹੋਵੇ ਸਾਰਾ ਕੁਝ ਜੀ ਤੇ ਮੈਂ ਆਪਣਾ ਆਈਡੀ ਤੇ ਪਾਸਵਰਡ ਜੂੰ ਹੀ ਲਾਇਆ ਵੇ ਤੇ ਉਸ ਤੋਂ ਬਾਅਦ ਮੇਰੀ ਆਈਡੀ ਓਪਨ ਹੋ ਗਈ ਜੀ ਗਰੁੱਪ ਤੇ ਵੇ ਠੀਕ ਤੇ ਜੀ ਗਰੁੱਪ ਦੇ ਇੱਥੇ ਵੀ ਤੁਸੀਂ ਆਪਣੀ ਆਪਣਾ ਜਿਹੜਾ ਸੀਵੀ ਹੈ ਨਾ ਸੀਵੀ ਜਿਹੜੀ ਹੈ ਤੁਹਾਡੀ ਕੋਈ ਕਲਮ ਜਿਹੜਾ ਤੁਸੀਂ ਇੱਥੇ ਵੀ ਅਪਲੋਡ ਕਰਨਾ ਹੈ ਇੱਥੇ ਜੀ ਗਰੁੱਪ ਤੇ ਵੀ ਆਈਡੀ ਬਣਾ ਕੇ ਇਹ ਭੰਗਾ ਹੁੰਦਾ ਵੇ ਇਸ ਤਰ੍ਹਾਂ ਆਪਣਾ ਕੰਮ ਦੇ ਮਿਲਦਾ ਹੁੰਦਾ ਹੁਣ ਤੁਸੀਂ ਆਪ ਆਖੋ ਜੀ ਕਿ ਆਪਣਾ ਕੰਮ ਵੀ ਚਾਹੀਦਾ ਵੀ ਸਾਨੂੰ ਮਿਹਨਤ ਵੀ ਨਾ ਕਰਨੀ ਪਵੇ ਇਹ ਤੇ ਫਿਰ ਗੱਲ ਨਹੀਂ ਨਾ ਹੈ ਅੱਛਾ ਜੀ ਇਹ ਦਮੰਦਾ ਸੀ ਆਪਣਾ ਠੀਕ ਹੈ ਤੇ ਮੈਂ ਇੱਥੇ ਇਨਵੀਅਕ ਕੰਡਿਡੇਟ ਉਰੇ ਤੇ ਉੱਪਰ ਕਲਿੱਕ ਕਰ ਦੇਣਾ ਠੀਕ ਹੈ ਲੋ ਜੀ ਇੱਥੇ ਆਪਣਾ ਕਾਰਕਾਉਨ ਨੋਵੋ ਸੀ ਵੀ ਜਿਹੜੀ ਪਹਿਲੀ ਹੈ ਤੁਸੀਂ ਉਹ ਵੀ ਕਰ ਸਕਦੇ ਹੋ ਲੇਕਿਨ ਮੈਂ ਇੱਥੇ ਜਿਹੜਾ ਨਾ ਨੋਵੋ ਕਰ ਦੇਣਾ ਕਿਉਂਕਿ ਮੇਰੇ ਕੋਲ ਇਹਨਾਂ ਕੋਲ ਜਿਹੜੀ ਮੇਰੀ ਸੀਵੀ ਉਹ ਮੇਰੀ ਪੁਰਾਣੀ ਹੈ ਤੇ ਹੁਣ ਮੈਂ ਨਵੀਂ ਜਿਹੜੀ ਨੂੰ ਅਪਲੋਡ ਕਰ ਦੇਣਾ ਤੇ ਠੀਕ ਹੈ ਜੀ ਸਿਲੈਕਟ ਹੋ ਗਈ ਹੈ ਉੱਪਰ ਮੇਰੀ ਐਸ ਵੀ ਉਸ ਤੋਂ ਬਾਅਦ ਨੋਟ ਮੈਂ ਕੁਝ ਨਹੀਂ ਲਿਖਦਾ ਤੇ ਮੈਂ ਕਨਫਰਮ ਦੇ ਉੱਪਰ ਕਲਿੱਕ ਕਰ ਦੇਣਾ ਠੀਕ ਹੈ ਉੱਪਰ ਆ ਗਿਆ ਜੀ ਠੀਕ ਹੈ ਐਕਸੈਪਟ ਹੋ ਗਿਆ ਮੇਰਾ ਆਪਣਾ ਮੇਰਾ ਸ਼ੇਅਰ ਹੋ ਗਿਆ ਵੇ ਬਸ ਇਸ ਤਰ੍ਹਾਂ ਦਮਾਂਦਾ ਕਰਨਾ ਹੁੰਦਾ ਮੈਂ ਤੁਹਾਨੂੰ ਦੋ ਤਰੀਕੇ ਦੱਸ ਦਿੰ ਤੈਨ ਇੱਕ ਡਾਇਰੈਕਟ ਹੋ ਜਾਂਦਾ ਵੇ ਤੇ ਇੱਕ ਕਿਸੇ ਵੈਬਸਾਈਟ ਤੇ ਲੈ ਜਾਂਦਾ ਵੇ ਕਿਸੇ ਦੇ ਆਪਣਾ ਏਜੰਸੀ ਦੇ ਵੈਬਸਾਈਟ ਤੇ ਤੇ ਉੱਥੇ ਜਾ ਕੇ ਫਿਰ ਤੁਹਾਨੂੰ ਆਈਡੀ ਬਣਾਉਣੀ ਪੈਂਦੀ ਹੈ ਆਈਡੀ ਪਾਸਵਰਡ ਤੁਹਾਨੂੰ ਯਾਦ ਹੋਣਾ ਚਾਹੀਦਾ ਕਿਤੇ ਲਿਖ ਲਵੋ ਕਿਤੇ ਸਾਈਟ ਦੇ ਸੰਭਾਲ ਲਵੋ ਤੇ ਜਦੋਂ ਦਮਾਂਦੇ ਜ਼ਰੂਰਤ ਪੈਂਦੀ ਹੈ ਫਿਰ ਉੱਥੇ ਜਾ ਕੇ ਲਾ ਕੇ ਤੇ ਆਪਣਾ ਤੁਸੀਂ ਦਮਾਂਦਾ ਸੈਂਡ ਕਰ ਸਕਦੇ ਹੋ ਠੀਕ ਹੋ ਗਿਆ ਉਮੀਦਕਰਨਾ ਜੀ ਆਪਣਾ ਤੁਹਾਨੂੰ ਅੱਧੀ ਤੋਂ ਜ਼ਿਆਦਾ ਦਿੱਤੇ ਹੂੰ ਤੇ ਮੈਂ ਤੁਹਾਨੂੰ ਚਾਹੀਦਾ ਵੇ ਕਿ ਤੁਹਾਨੂੰ ਪੂਰੀ ਸਮਝ ਲੱਗ ਜਾਣੀ ਚਾਹੀਦੀ ਹੈ ਕਿ ਕਿਸ ਤਰੀਕੇ ਦੇ ਨਾਲ ਦਮਾ ਦਾ ਹੁੰਦਾ ਹੈ ਇੰਡੇ ਤੇ ਤੇ ਉਮੀਦਕਰਨਾ ਜੀ ਵੀਡੀਓ ਪਸੰਦ ਆਈ ਹੋਗੀ ਲਾਜ਼ਮੀ ਲਾਈਕ ਕਰ ਲਓ ਸ਼ੇਅਰ ਕਰ ਲਓ ਦੋਸਤਾਂ ਨਾਲ ਤੇ ਮਿਲਣ ਇਨਸ਼ਾਅੱਲਾ ਨਵੀਂ ਵੀਡੀਓ ਦੇ ਵਿੱਚ ਰੱਬ ਰਾਖਾ ਜੀ